ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਇੰਦਰਜੀਤ ਸਿੰਘ ਟੂਰਿਸਟ ਰੇਡੀਆ ਤੋਂ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਤੋਂ ਆਪਦੀ ਇੱਕ ਨਵੀਂ ਸਕਸੈਸ ਸਟੋਰੀ ਲੈ ਕੇ ਤੁਹਾਡੇ ਮੂਹਰੇ ਹਾਜ਼ਰ ਹਾਂ ਜੀ। ਅੱਜ ਫਿਰ ਮੇਰੇ ਹੱਥ 'ਚ ਪਾਸਪੋਰਟ ਹੈ ਅਤੇ ਪਾਸਪੋਰਟ 'ਤੇ ਲੱਗਿਆ ਕੈਨੇਡਾ ਦਾ ਮਲਟੀਪਲ ਐਂਟਰੀ 10-year ਵੀਜ਼ਾ। ਇਹ ਵੀਜ਼ਾ ਮੇਰੇ ਨਾਲ ਖੜ੍ਹੇ ਨੇ ਰਤਿੰਦਰਵੀਰ ਕੌਰ ਰੀਤ ਦਾ, ਮੋਹਾਲੀ ਤੋਂ ਬਿਲੋਂਗ ਕਰਦੇ ਨੇ। ਔਰ ਦੋਸਤੋ, ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਪ੍ਰੋਫਾਈਲ ਹੈ, ਸਿੰਪਲ ਪ੍ਰੋਫਾਈਲ ਹੈ ਜਿਵੇਂ ਆਮ ਬੰਦੇ ਦੀ ਹੁੰਦੀ ਹੈਗੀ ਹੈ, ਅੰਡਰ ਟੈਕਸੇਬਲ ਹੋਈ 4.5 ਲੱਖ ਦੀ ITR ਇਹਨਾਂ ਦੀ, ਅਨਮੈਰਿਡ ਨੇ, ਯੰਗ ਏਜ ਹੈ ਔਰ ਫਰੈਸ਼ ਪਾਸਪੋਰਟ 'ਤੇ ਪਹਿਲੀ ਵਾਰੀ ਕੈਨੇਡਾ ਦਾ, ਇਸ ਤੋਂ ਪਹਿਲਾਂ ਕੋਈ ਟਰੈਵਲ ਹਿਸਟਰੀ ਜਿਹੜੀ ਇਹਨਾਂ ਦੀ ਉਹ ਨਹੀਂ ਹੈਗੀ, ਫਰੈਸ਼ ਪਾਸਪੋਰਟ 'ਤੇ ਮਹਾਰਾਜ ਨੇ ਕਿਰਪਾ ਕੀਤੀ ਹੈ। ਔਰ 2 ਰਿਜੈਕਸ਼ਨਾਂ ਤੋਂ ਬਾਅਦ ਵੀਜ਼ਾ ਲੱਗਿਆ ਅਤੇ 2 ਰਿਜੈਕਸ਼ਨਾਂ ਵੀ ਸਾਡੇ ਕੋਲੋਂ ਸੀਗੀਆਂ। ਇਹਨਾਂ ਨੇ ਪਹਿਲੀ ਵਾਰੀ ਸਾਡੇ ਕੋਲ ਆਏ, ਰਿਜੈਕਸ਼ਨ ਆ ਗਈ, ਫਿਰ ਅਪਲਾਈ ਕੀਤਾ, ਰਿਜੈਕਸ਼ਨ ਆ ਗਈ। ਸੋ 3 ਵਾਰੀ ਅਸੀਂ ਹੀ ਇਹਨਾਂ ਨੂੰ ਵੀਜ਼ਾ ਲੈ ਕੇ ਦਿੱਤਾ। ਸਭ ਤੋਂ ਪਹਿਲਾਂ ਆਪਾਂ ਰਤਿੰਦਰ ਨੂੰ ਮੁਬਾਰਕਬਾਦ ਦਿੰਦੇ। ਰਤਿੰਦਰ, ਬਹੁਤ ਬਹੁਤ ਮੁਬਾਰਕ ਤੁਹਾਡਾ ਵੀਜ਼ਾ ਲੱਗਿਆ। ਰਤਿੰਦਰ, ਤੁਸੀਂ ਸਾਡੇ ਬਾਰੇ, ਸਾਡੀ ਕੰਪਨੀ ਬਾਰੇ ਜੋ ਤੁਹਾਡੀ ਜਰਨੀ ਰਹੀ ਹੈਗੀ ਹੈ, 2 ਸ਼ਬਦ ਕੀ ਕਹਿਣਾ ਚਾਹੋਗੇ ਤੁਸੀਂ? ਮੇਰਾ ਐਕਸਪੀਰੀਅੰਸ ਬਹੁਤ ਅੱਛਾ ਰਿਹਾ ਟੂਰਿਸਟ ਇੰਡੀਆ ਨਾਲ। ਐਕਚੁਅਲੀ ਮੇਰੀ ਰਿਫਿਊਜ਼ਲ, ਪਹਿਲਾਂ ਮੈਂ ਇਹਨਾਂ ਦੀ ਯੂਟਿਊਬ 'ਤੇ ਵੀਡੀਓਜ਼ ਦੇਖੀਆਂ ਅਤੇ ਮੈਨੂੰ ਬਹੁਤ ਅੱਛਾ ਲੱਗਿਆ, ਇਹਨਾਂ ਦੀ ਕਾਫੀ ਲਾਈਕ ਰੇਟਿੰਗ ਸੀਗੀ ਅੱਛੀ, ਅਤੇ ਮੈਂ ਸਰ ਨੂੰ ਵੀ ਫੋਲੋ ਕਰਨ ਲੱਗ ਗਈ। ਫਿਰ ਮੈਂ ਦੇਖਿਆ ਕਿ ਹਾਂ, ਇਹਨਾਂ ਦੀਆਂ ਅੱਛੀਆਂ ਰੇਟਿੰਗਸ ਨੇ, ਤਾਂ ਮੈਂ ਵੀ ਸੋਚਿਆ ਕਿ ਮੈਂ ਟੂਰਿਸਟ ਇੰਡੀਆ ਤੋਂ ਅਪਲਾਈ ਕਰਾਂ। ਫਿਰ ਉਸ ਤੋਂ ਬਾਅਦ ਮੇਰੀ ਕੋਈ ਟਰੈਵਲ ਹਿਸਟਰੀ ਨਹੀਂ ਸੀ, ਸਿੰਪਲ ਪ੍ਰੋਫਾਈਲ ਸੀਗੀ ਮੇਰੀ, ਹੈ ਨਾ। ਮਤਲਬ ਐਜ ਸੱਚ ਮੀਨਸ, ਕਹਿੰਦੇ ਆ ਕਿ ਸਿੰਗਲ ਲਈ ਵੀਜ਼ਾ ਲੈਣਾ ਬਹੁਤ ਮੁਸ਼ਕਿਲ ਆ, ਬਟ ਇਹਨਾਂ ਤੋਂ ਹੀ ਮੇਰੀਆਂ 2 ਰਿਫਿਊਜ਼ਲ ਆਈਆਂ ਸੀ ਫਰੈਸ਼ ਪਾਸਪੋਰਟ 'ਤੇ, ਬਟ ਸਟਿਲ ਮੈਂ ਇਹਨਾਂ 'ਤੇ ਭਰੋਸਾ ਰੱਖਿਆ ਅਤੇ ਇਹਨਾਂ ਨੇ ਵੀਜ਼ਾ ਵੀ ਲੈ ਕੇ ਦਿੱਤਾ। ਔਰ ਮੈਂ ਬਹੁਤ ਬਹੁਤ ਥੈਂਕਸ ਕਰਦੀ ਹਾਂ ਸਰ ਦਾ। ਮੈਂ ਕਹਿੰਦੀ ਹਾਂ ਸਾਰਿਆਂ ਨੂੰ, ਕਹਿੰਦੀ ਹਾਂ ਕਿ ਟੂਰਿਸਟ ਇੰਡੀਆ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ, ਭਾਵੇਂ ਰਿਫਿਊਜ਼ਲ ਵੀ ਹੈ ਤਾਂ ਵੀ ਵਿਜ਼ਿਟ ਕਰੋ। ਥੈਂਕ ਯੂ ਸੋ ਮਚ ਸਰ ਜੀ। ਥੈਂਕ ਯੂ ਰਤਿੰਦਰ। ਦੋਸਤੋ, ਕਈ ਵਾਰੀ ਰਿਫਿਊਜ਼ਲ ਆ ਜਾਂਦੀ ਹੈ, ਉਹ ਕਿਸੇ ਤੋਂ ਵੀ ਆ ਸਕਦੀ ਹੈ, ਕਿਸੇ ਹੋਰ ਕੰਸਲਟੈਂਟ ਤੋਂ ਆ ਸਕਦੀ, ਸਾਡੇ ਕੋਲ ਵੀ ਆ ਸਕਦੀ ਹੈ, ਬਟ ਰਿਫਿਊਜ਼ਲ ਦਾ ਮਤਲਬ ਕਦੇ ਵੀ ਇਹ ਨਹੀਂ ਹੁੰਦਾ ਕਿ ਤੁਹਾਡਾ ਵੀਜ਼ਾ ਦੁਬਾਰੇ ਨਾ ਲੱਗੇ। ਤੁਹਾਡਾ ਵਿਸ਼ਵਾਸ ਜਿਹੜਾ ਹੈਗਾ ਉਹ ਬਰਕਰਾਰ ਹੋਣਾ ਚਾਹੀਦਾ ਹੈਗਾ। ਜੇਕਰ ਤੁਸੀਂ ਕਿਸੇ ਵੀ ਕੰਸਲਟੈਂਟ ਕੋਲ ਜਾਂਦੇ ਹੋ, ਤੁਹਾਡੀ ਰਿਫਿਊਜ਼ਲ ਆਉਂਦੀ ਹੈ, ਤੁਹਾਨੂੰ ਸਮਝਾਉਂਦਾ ਹੈ ਕੋਈ ਵੀ, ਕੋਈ ਗੱਲ ਨਹੀਂ, ਅਸੀਂ ਦੁਬਾਰੇ ਫਿਰ ਅੱਛੇ ਤਰੀਕੇ ਨਾਲ ਟਰਾਈ ਕਰਾਂਗੇ। ਸੋ ਤੁਹਾਨੂੰ ਵਿਸ਼ਵਾਸ ਕਰਨਾ ਚਾਹੀਦਾ। ਸੋ ਰਤਿੰਦਰ ਨੇ ਸਾਡੇ 'ਤੇ ਵਿਸ਼ਵਾਸ ਕੀਤਾ ਕਿਉਂਕਿ ਸਾਡੇ ਕੋਲ ਇਹਨਾਂ ਦੀਆਂ 2 ਰਿਫਿਊਜ਼ਲ ਲੱਗੀਆਂ ਸੀਗੀਆਂ। ਸੋ ਸਾਡੇ ਵੀ ਫਿਰ ਜ਼ਿੰਮੇਦਾਰੀ ਬਣ ਜਾਂਦੀ ਹੈ ਕਿ ਵਧੀਆ ਕੰਮ ਕਰੀਏ। ਜਦੋਂ ਬੰਦਾ ਵਾਰ ਵਾਰ ਵਿਸ਼ਵਾਸ ਕਰ ਰਿਹਾ, 2 ਰਿਫਿਊਜ਼ਲਾਂ ਆਉਣ ਤੋਂ ਬਾਅਦ ਵੀ ਸਾਡੇ ਨਾਲ ਖੜਿਆ ਹੈਗਾ, ਕਿਉਂਕਿ ਨੋਰਮਲੀ ਕੀ ਹੁੰਦਾ, ਜੇ ਕਿਸੇ ਦੀ ਇੱਕ ਰਿਫਿਊਜ਼ਲ ਆ ਜਾਂਦੀ ਹੈ, ਬੰਦਾ ਭੱਜ ਜਾਂਦਾ ਕਿ ਤਾਂ ਵੀਜ਼ਾ ਲਵਾ ਹੀ ਨਹੀਂ ਸਕਦੇ। ਸੋ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੈ। ਸੋ ਇਹਨਾਂ ਦਾ ਵਿਸ਼ਵਾਸ, ਸਾਡੀ ਮਿਹਨਤ ਅਤੇ ਮਹਾਰਾਜ ਦੀ ਰਹਿਮਤ ਨਾਲ ਵੀਜ਼ਾ ਲੱਗਿਆ। ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ। ਥੈਂਕ ਯੂ ਸਰ।